जहाँ बरकतें मिलती हैं, जहाँ बरकतें मिलती हैं, आओ खुदावन के घर चले, जहाँ नेमतें मिलती हैं, जहाँ नेमतें मिलती हैं, आओ खुदावन के घर चले, आओ खुदावन के घर चले। ਜਦੋਂ ਮੇਰੀ ਜ਼ਿੰਦਗੀ ਚ ਤੂੰ ਆ ਗਿਆ, ਜਦੋਂ ਮੇਰੀ ਜ਼ਿੰਦਗੀ ਚ ਯਿਸੂ ਆ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ, ਜਦੋਂ ਮੇਰੀ ਜ਼ਿੰਦਗੀ ਚ ਯਿਸੂ ਆ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ, ਜਦੋਂ ਮੇਰੀ ਜ਼ਿੰਦਗੀ ਚ ਯਿਸੂ ਆ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ, ਜਦੋਂ ਮੇਰੀ ਜ਼ਿੰਦਗੀ ਚ ਯਿਸੂ ਆ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ, ਬਾਗਰੂ ਨੇ ਮੇਰੇ ਉੱਤੇ ਕਰ ਦਿੱਤਾ ਮਸਾਏ, ਭੁੱਲਿਆ ਸ਼ੈਤਾਨ ਵਾਲਾ ਮੇਰੇ ਉੱਤੋਂ ਰਸਾਏ, ਬਾਗਰੂ ਨੇ ਮੇਰੇ ਉੱਤੇ ਕਰ ਦਿੱਤਾ ਮਸਾਏ, ਖੁੱਲਿਆ ਸ਼ੈਤਾਨ ਵਾਲਾ ਮੇਰੇ ਉੱਤੋਂ ਰਸਾਏ, ਜੋੜੀ ਮੇਰੀ ਵਿੱਚ ਉਹ ਨਜਾਤ ਪਾ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ, ਜਦੋਂ ਮੇਰੀ ਜ਼ਿੰਦਗੀ ਚ ਯਿਸੂ ਆ ਗਿਆ, ਚਾਰੋਂ ਪਾਸੇ ਨੂਰ ਬਸ ਨੂਰ ਛਾ ਗਿਆ। ਚੁੱਕ ਲਿੱਤੇ ਨੇ ਰਹਿਮਤਾਂ ਦੀ ਲੈ ਕੇ,
को भरा दिया गया। बरकता दिल के ओ भरा दिया गया, चारों पास नूर बस नूर छा गया। जदों मेरी जिंदगी जी सो आ गया, चारों पास नूर बस नूर छा गया, चारों पास नूर बस नूर छा गया। बाप अते बेटे अते रूह पाक दे नाम उते आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਨਾਲ ਵੀ ਹੋਵੇ। ਜਦੋਂ ਮੇਰੀ ਜ਼ਿੰਦਗੀ 'ਚ ਯਿਸੂ ਆ ਗਿਆ, ਚਾਰੇ ਪਾਸੇ ਉਸ ਦਾ ਨੂਰ ਛਾ ਗਿਆ। ਸੱਚਮੁੱਚ ਜਦੋਂ ਇੱਕ ਅਸ਼ਾਂਤਮਈ ਜਾਂ ਇੱਕ ਇਨਸਾਨ ਦੇ ਜੀਵਨ ਜਿਸਦੇ ਜੀਵਨ ਵਿੱਚ ਅਸ਼ਾਂਤੀ ਹੈ, ਜਦੋਂ ਪ੍ਰਭੂ ਯਿਸੂ ਉਸਦੇ ਜੀਵਨ ਵਿੱਚ ਆਉਂਦਾ ਹੈ ਤਾਂ ਉਸਦੇ ਜੀਵਨ ਵਿੱਚ ਸ਼ਾਂਤੀ ਆ ਜਾਂਦੀ ਹੈ। ਜਦੋਂ ਪ੍ਰਭੂ ਯਿਸੂ ਇੱਕ ਪਾਪੀ ਦੇ ਜੀਵਨ ਵਿੱਚ ਆਉਂਦਾ ਹੈ ਤਾਂ ਸੱਚਮੁੱਚ ਉਸਦੇ ਵਿੱਚ ਮੁਕਤੀ ਦੀ ਰੋਸ਼ਨੀ ਜੋ ਪ੍ਰਭੂ ਯਿਸੂ ਹੈ ਉਹ ਆ ਜਾਂਦੀ ਹੈ। ਅੱਜ ਦੀ ਪਵਿੱਤਰ ਅੰਜੀਲ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪ੍ਰਭੂ ਇੱਕ ਬੇਉਮੀਦ ਮਾਂ ਨੂੰ ਇੱਕ ਨਵੀਂ ਉਮੀਦ ਦੇ ਕੇ ਉਸਦੇ ਜੀਵਨ ਵਿੱਚ ਉਹ ਸੁੱਖ, ਸ਼ਾਂਤੀ ਅਤੇ ਇੱਕ ਨਵੀਂ ਉਮੀਦ ਦਿੰਦਾ ਹੈ ਜੋ ਉਮੀਦ ਉਸਨੇ ਖੋ ਦਿੱਤੀ ਸੀ। ਸੱਚਮੁੱਚ ਜਦੋਂ ਅਸੀਂ ਵੀ ਆਪਣੀਆਂ ਦੁੱਖਾਂ ਮੁਸੀਬਤਾਂ ਦੇ ਵਿੱਚ ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਨੂੰ ਪੁਕਾਰਦੇ ਹਾਂ ਤਾਂ ਉਹ ਵੀ ਸਾਡੇ ਜੀਵਨ ਦੇ ਵਿੱਚ ਇੱਕ ਨਵੀਂ ਉਮੀਦ ਅਤੇ ਸਾਡੇ ਦਿਲਾਂ ਵਿੱਚ ਆਪਣੀ ਸੱਚੀ ਸ਼ਾਂਤੀ ਅਤੇ ਆਪਣੀ ਰੋਸ਼ਨੀ ਲੈ ਕੇ ਆਉਂਦਾ ਹੈ। ਉਹ ਅਸੀਂ ਉਸ ਪ੍ਰਭੂ ਯਿਸੂ ਉੱਤੇ ਇਮਾਨ ਰੱਖੀਏ ਜੋ ਕਹਿੰਦਾ ਹੈ ਕਿ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਉਹ ਅਸੀਂ ਉਸ ਜੀਵਨ ਨੂੰ ਪਾਉਣ ਦੇ ਲਈ, ਉਸ ਸੱਚਾਈ ਨੂੰ ਜਾਣਨ ਦੇ ਲਈ, ਉਸ ਰਾਹ ਉੱਤੇ ਚੱਲਣ ਦੇ ਲਈ ਪ੍ਰਭੂ ਦੇ ਕੋਲੋਂ ਆਸ਼ਿਸ਼, ਫਜ਼ਲ ਅਤੇ ਬਰਕਤ ਮੰਗੀਏ ਅਤੇ ਖਾਸ ਕਰਕੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਯੋਗ ਢੰਗ ਦੇ ਨਾਲ ਭਾਗ ਲੈਣ ਦੇ ਲਈ ਆਪਣੇ ਗੁਨਾਹਾਂ, ਗਲਤੀਆਂ ਨੂੰ ਹਲੀਮੀ ਦੇ ਨਾਲ ਉਸਦੇ ਚਰਨਾਂ ਵਿੱਚ ਸਮਰਪਿਤ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚ ਨਾਲ, ਬੁੱਲ ਨਾਲ, ਕਰ ਨਾਲ ਅਤੇ ਨਿਗਹਿ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਵਾਰੀ ਮਰੀਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ ਸਾਡੇ ਬਾਪ, ਸਾਡੇ ਮੁਕਤੀਦਾਤੇ ਦਾ ਅਤੇ ਰੂਹ ਪਾਕ ਦਾ ਵਰਦਾਨ ਤੂੰ ਸਾਨੂੰ ਦਿੱਤਾ ਹੈ, ਆਪਣੇ ਗੋਦ ਲਏ ਬੱਚਿਆਂ ਉੱਤੇ ਤਰਸ ਨਾਲ ਵੇਖ
ਬਖਸ਼ ਦੇ ਕਿ ਯਿਸੂ ਮਸੀਹ ਉੱਤੇ ਇਮਾਨ ਲਿਆਉਣ ਵਾਲੇ ਸਾਰੇ ਲੋਕ ਸੱਚੀ ਆਜ਼ਾਦੀ ਅਤੇ ਸਦੀਵੀ ਵਿਰਸੇ ਨੂੰ ਹਾਸਲ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਕੁਰੰਥੀਆਂ ਦੇ ਨਾਮ ਸੰਤ ਪੌਲਸ ਦਾ ਪਹਿਲਾ ਪੱਤਰ ਉਸਦੀ 12 ਬਾਬ 12 ਤੋਂ 14 27 ਤੋਂ 31 ਆਇਤ ਤੱਕ। ਮਸੀਹ ਇੱਕ ਸਰੀਰ ਦੀ ਤਰ੍ਹਾਂ ਹੈ ਜਿਸ ਦੇ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਇਹ ਬਹੁਤ ਸਾਰੇ ਵੱਖ ਵੱਖ ਅੰਗਾਂ ਦੇ ਹੋਣ 'ਤੇ ਵੀ ਇੱਕ ਹੀ ਸਰੀਰ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਹੋਈਏ ਜਾਂ ਦੂਜੀਆਂ ਕੌਮਾਂ ਦੇ, ਜਾਂ ਗੁਲਾਮ ਜਾਂ ਆਜ਼ਾਦ, ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ, ਅਤੇ ਸਾਨੂੰ ਸਭ ਨੂੰ ਇੱਕ ਆਤਮਾ ਪੀਣ ਦੇ ਲਈ ਦਿੱਤਾ ਗਿਆ ਹੈ। ਮਨੁੱਖੀ ਸਰੀਰ ਵਿੱਚ ਇੱਕ ਹੀ ਅੰਗ ਨਹੀਂ ਹੈ, ਸਗੋਂ ਬਹੁਤ ਹਨ। ਤੁਸੀਂ ਸਾਰੇ ਮਿਲ ਕੇ ਮਸੀਹ ਦੇ ਸਰੀਰ ਹੋ, ਅਤੇ ਹਰ ਇੱਕ ਆਪਣੇ ਤੌਰ 'ਤੇ ਉਸਦੇ ਵੱਖ ਵੱਖ ਅੰਗ ਹੈ। ਪਰਮੇਸ਼ਵਰ ਨੇ ਵਿਸ਼ਵਾਸ ਸੰਗਤ ਦੇ ਵਿੱਚ ਹਰ ਇੱਕ ਨੂੰ ਵੱਖ ਵੱਖ ਸੇਵਾ ਦੇ ਕੰਮ ਸੌਂਪੇ ਹਨ। ਪਹਿਲੀ ਥਾਂ 'ਤੇ ਰਸੂਲ, ਦੂਜੀ ਥਾਂ 'ਤੇ ਨਬੀ, ਤੀਜੀ ਥਾਂ 'ਤੇ ਸਿੱਖਿਅਕ, ਫਿਰ ਵਿਚਿੱਤਰ ਕੰਮ ਕਰਨ ਵਾਲੇ, ਬਿਮਾਰੀਆਂ ਤੋਂ ਚੰਗਾ ਕਰਨ ਵਾਲੇ, ਮਦਦਗਾਰ, ਪ੍ਰਬੰਧਕ ਅਤੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲੇ। ਕਿ ਸਭ ਰਸੂਲ ਹਨ, ਕਿ ਸਭ ਸਿੱਖਿਅਕ ਹਨ, ਕਿ ਸਭ ਵਿਚਿੱਤਰ ਕੰਮ ਕਰਨ ਵਾਲੇ ਹਨ, ਕਿ ਸਭ ਨੂੰ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸ਼ਕਤੀ ਦੀ ਦਾਤ ਮਿਲੀ ਹੈ, ਕਿ ਸਭ ਨੂੰ ਵੱਖ ਵੱਖ ਬੋਲੀਆਂ ਬੋਲਣ ਦੀ ਦਾਤ ਮਿਲੀ ਹੈ, ਕਿ ਸਭ ਅਨੁਵਾਦਕ ਹਨ। ਤੁਸੀਂ ਉੱਤਮ ਦਾਤਾਂ ਦੇ ਚਾਹਵਾਨ ਰਹੋ, ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਸਿਫਤਾਂ ਦੇ ਗੋਣੇ ਗੀਤ ਕਰੇ ਨਾ ਸ਼ੁਕਰ ਖੁਦਾ, ਤੇਰੀਆਂ ਸਿਫਤਾਂ ਦੇ ਗੋਣੇ ਚੰਗੀ ਰੀਤ ਕਰੇ ਨਾ ਸ਼ੁਕਰ ਖੁਦਾ। ਘਰ
हर घर में अंजील सुनाएंगे, प्यारे यीशु का नाम बताएंगे, ऐसा छेड़ेंगे मिलकर तराना, जाग उठेगा सारा जमाना, ऐसा छेड़ेंगे मिलकर तराना, जाग उठेगा सारा जमाना, घर घर में अंजील सुनाएंगे, प्यारे यीशु का नाम बताएंगे, हालेलुया हालेलुया हालेलुया। प्रभु तुहाड़े नाल होवे, अति तुहाड़ी रू नाल भी होवे। पाठ पवित्र अंजील दा संत लूका दे अनुसार, तेरी वडियाई होवे ए प्रभु। उस दी सत बाप 11 आय तो लेके 17 तक। इस तो तुरंत बाद यीशु नाइन दे शहर नू गया, उस दे चेले अते एक वड्डी भीड़ भी उस दे नाल सी। जिवें ही ओ उस शहर दे फाटक कोल पहुंचया, ਤਾਂ ਲੋਕ ਇੱਕ ਆਦਮੀ ਨੂੰ ਬਾਹਰ ਲੈ ਜਾ ਰਹੇ ਸਨ ਜੋ ਮਰ ਗਿਆ ਸੀ ਅਤੇ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ। ਉਸ ਦੇ ਨਾਲ ਸ਼ਹਿਰ ਦੇ ਬਹੁਤ ਸਾਰੇ ਲੋਕ ਸਨ। ਜਦੋਂ ਪ੍ਰਭੂ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਉਸ ਉੱਤੇ ਤਰਸ ਆ ਗਿਆ ਅਤੇ ਉਸ ਨੂੰ ਕਿਹਾ, ਨਾ ਰੋਵੋ। ਫਿਰ ਉਸਨੇ ਅੱਗੇ ਵੱਧ ਕੇ ਅਰਥੀ ਨੂੰ ਛੂਹਿਆ ਅਤੇ ਅਰਥੀ ਚੁੱਕਣ ਵਾਲੇ ਉੱਥੇ ਹੀ ਖਲੋ ਗਈ। ਉਸਨੇ ਕਿਹਾ, ਨੌਜਵਾਨ ਮੈਂ ਤੈਨੂੰ ਕਹਿੰਦਾ ਹਾਂ ਉੱਠ। ਮੋਇਆ ਹੋਇਆ ਆਦਮੀ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ। ਯੀਸ਼ੂ ਨੇ ਉਸਨੂੰ ਉਸਦੀ ਮਾਂ ਨੂੰ ਸੌਂਪ ਦਿੱਤਾ। ਸਾਰੇ ਲੋਕ ਡਰਦੇ ਮਾਰੇ ਹੜਬੜਾ ਗਏ ਅਤੇ ਕਹਿੰਦੇ ਹੋਏ ਉਹਨਾਂ ਨੇ ਖੁਦਾ ਦੀ ਵਡਿਆਈ ਕੀਤੀ, ਸਾਡੇ ਵਿਚਕਾਰ ਇੱਕ ਮਹਾਨ ਨਬੀ ਪੈਦਾ ਹੋਇਆ ਹੈ ਅਤੇ ਖੁਦਾ ਆਪਣੇ ਲੋਕਾਂ ਵੱਲ ਫੇਰਾ ਪਾਇਆ ਹੈ। ਉਸਦੇ ਬਾਰੇ ਇਹ ਖਬਰ ਸਾਰੇ ਯਹੂਦੀਆ ਅਤੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਜਦੋਂ ਪ੍ਰਭੂ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਉਸ ਉੱਤੇ ਤਰਸ ਆ ਗਿਆ ਅਤੇ ਉਸ ਨੂੰ ਕਿਹਾ, ਨਾ ਰੋਵੋ। ਪ੍ਰਭੂ ਯੇਸ਼ੂ ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਸੱਚਮੁੱਚ ਇਹ ਸ਼ਬਦ ਪ੍ਰਭੂ ਯੇਸ਼ੂ ਸਾਨੂੰ ਸਾਰਿਆਂ ਨੂੰ ਵੀ ਕਹਿੰਦਾ ਹੈ ਜਦੋਂ ਅਸੀਂ ਵੀ ਕਿਸੇ ਦੁੱਖ ਜਾਂ ਪੀੜਾ ਜਾਂ ਮੁਸੀਬਤ ਵਿੱਚ ਹੁੰਦੇ ਹਾਂ। ਸੰਤ ਅਗਸਟਿਨ ਇਸ ਵਚਨ ਉੱਤੇ ਵਿਆਖਿਆ ਕਰਦੇ ਹੋਏ ਕਹਿੰਦੇ ਸਨ ਕਿ ਪ੍ਰਭੂ ਯੇਸ਼ੂ ਇਸ ਮਾਂ ਦੇ ਕੋਲ ਆਣ ਕੇ ਉਸ ਨੂੰ ਹੌਸਲਾ ਦਿੰਦਾ ਹੈ ਅਤੇ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਸੁਣਿਆ ਕਿ ਅਰਥੀ ਸ਼ਹਿਰ ਦੇ ਵਿੱਚੋਂ ਬਾਹਰ ਨਹੀਂ ਗਈ ਸੀ ਕਿ ਜਦੋਂ ਪ੍ਰਭੂ ਯੇਸ਼ੂ ਨੇ ਉਸ ਨੂੰ ਸ਼ਹਿਰ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਜ਼ਿੰਦਾ ਕਰ ਦਿੱਤਾ। ਅਤੇ ਸੰਤ ਅਗਸਟਿਨ ਇਸ ਵਿਸ਼ੇ ਦੇ ਬਾਰੇ ਸਾਨੂੰ ਸਮਝਾਉਂਦਾ ਹੈ ਕਿ ਸੱਚਮੁੱਚ ਜਦੋਂ ਤੱਕ
ਅਸੀਂ ਪ੍ਰਭੂ ਯੇਸ਼ੂ ਦੀ ਕਲੀਸੀਆ ਦੇ ਨਾਲ ਜੁੜੇ ਹਾਂ। ਜਦੋਂ ਤੱਕ ਸਾਡਾ ਵਿਸ਼ਵਾਸ ਪ੍ਰਭੂ ਯੇਸ਼ੂ ਉੱਤੇ ਅਟਲ ਹੈ, ਜਦੋਂ ਤੱਕ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਰਾਹ, ਸੱਚਾਈ ਅਤੇ ਜੀਵਨ ਪ੍ਰਭੂ ਯੇਸ਼ੂ ਹੈ, ਅਸੀਂ ਉਦੋਂ ਤੱਕ ਕਦੀ ਵੀ ਹਨੇਰੇ ਵਿੱਚ ਨਹੀਂ ਰਵਾਂਗੇ। ਸੰਤ ਯੂਹੰਨਾ ਦੀ ਅੰਜੀਲ ਉਸਦੀ 8 ਬਾਬ ਦੀ 12 ਐਤ ਵਿੱਚ ਵੀ ਅਸੀਂ ਪੜ੍ਹਦੇ ਹਾਂ, ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਕੋਈ ਵੀ ਇਨਸਾਨ ਜੋ ਪ੍ਰਭੂ ਵਿੱਚ ਰਹਿੰਦਾ ਹੈ ਉਹ ਕਦੀ ਵੀ ਹਨੇਰੇ ਵਿੱਚ ਨਹੀਂ ਚੱਲੇਗਾ। ਅਤੇ ਫਿਰ ਸੰਤ ਯੂਹੰਨਾ ਦੀ ਅੰਜੀਲ ਉਸਦੀ 8 ਬਾਬ ਦੀ 31 ਐਤ ਵਿੱਚ ਪ੍ਰਭੂ ਸਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਆਜ਼ਾਦ ਕਰੇਗਾ। ਅਤੇ ਫਿਰ ਸੰਤ ਯੂਹੰਨਾ ਦੀ ਅੰਜੀਲ ਉਸਦੀ 10 ਬਾਬ ਦੀ 10 ਐਤ ਵਿੱਚ ਪ੍ਰਭੂ ਸਾਨੂੰ ਕਹਿੰਦਾ ਹੈ ਕਿ ਸ਼ੈਤਾਨ ਚੋਰੀ ਕਰਨ ਆਉਂਦਾ ਹੈ, ਸ਼ੈਤਾਨ ਤੋੜਨ ਫੋੜਨ ਅਤੇ ਭਟਕਾਉਣ ਦੇ ਲਈ ਆਉਂਦਾ ਹੈ, ਪਰ ਮੈਂ ਤੁਹਾਨੂੰ ਜੀਵਨ ਦੇਣ ਦੇ ਲਈ ਆਇਆ ਹਾਂ ਅਤੇ ਅਨੰਤ ਜੀਵਨ ਦੇਣ ਦੇ ਲਈ ਆਇਆ ਹਾਂ। ਅਤੇ ਸੱਚਮੁੱਚ ਅੱਜ ਪ੍ਰਭੂ ਯੇਸ਼ੂ ਅੱਜ ਦੇ ਪਵਿੱਤਰ ਵਚਨ ਦੇ ਵਿੱਚ ਇੱਕ ਬੇਉਮੀਦ ਮਾਂ ਨੂੰ ਇੱਕ ਨਵੀਂ ਉਮੀਦ ਦੇ ਕੇ ਉਸਦੇ ਬੇਟੇ ਨੂੰ ਜ਼ਿੰਦਾ ਕਰਕੇ ਉਸਨੂੰ ਇੱਕ ਨਵਾਂ ਜੀਵਨ ਦਿੰਦਾ ਹੈ। ਸਾਡੇ ਦੁੱਖਾਂ ਵਿੱਚ, ਸਾਡੇ ਮੁਸੀਬਤਾਂ ਵਿੱਚ, ਸਾਡੇ ਕਸ਼ਟਾਂ ਵਿੱਚ, ਸਾਡੀਆਂ ਬੇਉਮੀਦਾਂ ਵਿੱਚ ਜਦੋਂ ਅਸੀਂ ਵੀ ਵਿਸ਼ਵਾਸ ਦੇ ਨਾਲ ਪ੍ਰਭੂ ਨੂੰ ਪੁਕਾਰਦੇ ਹਾਂ ਤਾਂ ਪ੍ਰਭੂ ਸਾਨੂੰ ਵੀ ਇੱਕ ਨਵੀਂ ਉਮੀਦ ਬਖਸ਼ਦਾ ਹੈ, ਪ੍ਰਭੂ ਸਾਨੂੰ ਵੀ ਇੱਕ ਨਵਾਂ ਰਾਹ ਦਿਖਾਉਂਦਾ ਹੈ, ਪ੍ਰਭੂ ਸਾਨੂੰ ਵੀ ਆਪਣੀ ਸੱਚਾਈ ਵੱਲ ਲੈ ਕੇ ਜਾਂਦਾ ਹੈ, ਪ੍ਰਭੂ ਸਾਨੂੰ ਵੀ ਇੱਕ ਨਵਾਂ ਰਾਹ 'ਤੇ ਲੈ ਕੇ ਚੱਲਦਾ ਹੈ ਜੋ ਰਾਹ ਸਾਨੂੰ ਪ੍ਰਭੂ ਦੇ ਕੋਲ ਲੈ ਕੇ ਜਾਂਦਾ ਹੈ। ਇਸ ਲਈ ਆਓ ਅਸੀਂ ਵੀ ਵਿਸ਼ਵਾਸ ਦੇ ਨਾਲ ਪ੍ਰਭੂ ਨੂੰ ਆਪਣੇ ਸਾਰੇ ਦੁੱਖਾਂ ਮੁਸੀਬਤਾਂ ਦੇ ਵਿੱਚ ਉਸ ਉੱਤੇ ਵਿਸ਼ਵਾਸ ਰੱਖ ਕੇ ਉਸਨੂੰ ਸੱਚੇ ਮਨ ਦੇ ਨਾਲ ਮੰਨੀਏ, ਕਿਉਂਕਿ ਉਹ ਸੱਚਮੁੱਚ ਸਾਡੇ ਪਰੇਸ਼ਾਨੀਆਂ ਦੇ ਵਿੱਚ, ਸਾਡੇ ਦੁੱਖਾਂ ਦੇ ਵਿੱਚ, ਸਾਡੀ ਅਸ਼ਾਂਤੀ ਦੇ ਵਿੱਚ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ, ਕਿਉਂਕਿ ਉਹ ਕਹਿੰਦਾ ਹੈ ਥੱਕੇ ਮਨ ਦੇ ਪਾਰੇਟ ਦੱਬੇ ਲੋਕੋ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਆਓ ਅਸੀਂ ਇਸ ਵਿਸ਼ਵਾਸ ਦੇ ਨਾਲ ਉਸ ਉੱਤੇ ਭਰੋਸਾ ਰੱਖ ਕੇ ਜਦੋਂ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਨਿਰਾਸ਼ ਹੁੰਦੇ ਹਾਂ ਜਾਂ ਬੇਉਮੀਦ ਹੁੰਦੇ ਹਾਂ ਜਾਂ ਸਾਡੇ ਜੀਵਨ ਵਿੱਚ ਅਸ਼ਾਂਤੀ ਆ ਜਾਂਦੀ ਹੈ ਜਾਂ ਸਾਡੇ ਜੀਵਨ ਵਿੱਚ ਪਾਪ ਦਾ ਹਨੇਰਾ ਆ ਜਾਂਦਾ ਹੈ ਤਾਂ ਅਸੀਂ ਪ੍ਰਭੂ ਯੇਸ਼ੂ ਦੇ ਵੱਲ ਵੇਖੀਏ ਜੋ ਸਾਡੀ ਸੱਚੀ ਰੋਸ਼ਨੀ ਹੈ। ਪ੍ਰਭੂ ਯੇਸ਼ੂ ਸਾਨੂੰ ਸਾਰਿਆਂ ਨੂੰ ਆਪਣੇ ਉੱਤੇ ਵਿਸ਼ਵਾਸ ਅਤੇ ਉਸਦੇ ਵਚਨ ਨੂੰ ਮੰਨਣ ਅਤੇ ਉਸਦੇ ਰਾਹ ਉੱਤੇ ਚੱਲਣ ਅਤੇ ਉਸਦੀ ਸੱਚਾਈ ਨੂੰ ਜਾਣਨ ਦਾ ਵਰਦਾਨ ਬਖਸ਼ੇ, ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਤੇਰੇ
ਪਾਪਾਂ ਭਰਿਆ ਜੀਵਨ ਮੇਰਾ ਚਰਨਾਂ ਵਿੱਚ ਤੇਰੇ ਲਿਆਇਆ ਹਾਂ ਤੇਰਾ ਤੈਨੂੰ ਚੜਾਵਾਂ ਕੀ ਪ੍ਰਭੂ ਜੀ ਸੇਵਾ ਵਿੱਚ ਤੇਰੇ ਮੈਂ ਹਾਜ਼ਰ ਹਾਂ ਸੇਵਾ ਵਿੱਚ ਤੇਰੇ ਹਾਜ਼ਰ ਹਾਂ ਸੇਵਾ ਵਿੱਚ ਤੇਰੇ ਮੈਂ ਹਾਜ਼ਰ ਹਾਂ ਪ੍ਰਭੂ ਤੇ ਪੈਣੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ ਆਏ ਖੁਦਾ ਤੂੰ ਹੀ ਸੱਚੀ ਭਗਤੀ ਅਤੇ ਸ਼ਾਂਤੀ ਦਾ ਸੋਮਾ ਹੈ ਬਖਸ਼ ਦੇ ਕਿ ਇਸ ਪਾਕ ਭੇਦ ਦੇ ਮਨਾਏ ਜਾਣ ਨਾਲ ਅਸੀਂ ਤੇਰੇ ਮਹਾਨ ਜਲਾਲ ਦੀ ਸਹੀ ਅਰਾਧਨਾ ਕਰ ਸਕੀਏ ਅਤੇ ਤੇਰੇ ਬੱਚਿਆਂ ਵਿੱਚ ਏਕਤਾ ਅਤੇ ਸ਼ਾਂਤੀ ਹੋਰ ਮਜ਼ਬੂਤ ਹੋ ਜਾਵੇ ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ ਇਹ ਸਹੀ ਅਤੇ ਯੋਗ ਹੈ ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ ਉਹ ਤੇਰਾ ਸ਼ਬਦ ਹੈ ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ ਜਿਸ ਨੇ ਰੂਹ ਪਾਕ ਦੇ ਰਾਹੀਂ ਦੇ ਤਾਰ ਕੇ ਕੁਆਰੀ ਤੋਂ ਜਨਮ ਲਿਆ ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਗਾਉਂਦੇ ਹਾਂ ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ ਉਚਾਈਆਂ ਵਿੱਚ ਹੋਸਨਾ ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਉਚਾਈਆਂ ਵਿੱਚ ਹੋਸਨਾ ਹੇ ਪ੍ਰਭੂ ਤੂੰ ਸੱਚਮੁੱਚ ਪਾਕ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਹੈ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ ਕਿਉਂ ਜੇ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ
ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਹੈ, ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਦੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਖਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਆਪਣੀ ਕਲੀਸੀਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੇ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੜੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ, ਆਮੀਨ। ਅਸੀਂ ਸਾਰੇ ਮਿਲ ਕੇ ਖੁਦਾ ਦਾ ਰਾਜ ਆਉਣ ਦੇ ਲਈ ਪ੍ਰਾਰਥਨਾ ਕਰੀਏ। ਆਏ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ, ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਅਲੀਲੇ ਖੁਦਾ ਦੇ
ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੀਲਾ, ਇਹਨੂੰ ਦੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਪੋਸ ਦੇ ਲਈ ਸੱਦੇ ਗਏ ਹਨ। ਏ ਪ੍ਰਭੂ, ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪਾਪੋ ਭਰੀ ਜ਼ਿੰਦਗੀ ਸੇ ਮੇਰੀ, ਪਾਪੋ ਭਰੀ ਜ਼ਿੰਦਗੀ ਸੇ ਮੇਰੀ, ਮੁਝਕੋ ਰਿਹਾ ਕਰ ਰਹੀ ਹੈ। ਤੇਰੇ ਲਹੂ ਕੀ ਬੂੰਦੇ ਸੋ ਮੇਰਾ ਇੱਕ ਗੁਨਾਹ ਡੋ ਰਹੀ ਹੈ। ਹਾਂ ਸ਼ਿਫਾ ਮਿਲ ਰਹੀ ਹੈ ਤੇਰੇ ਲਹੂ ਸੇ, ਸ਼ਿਫਾ ਮਿਲ ਰਹੀ ਹੈ ਤੇਰੇ ਲਹੂ ਸੇ, ਸ਼ਿਫਾ ਮਿਲ ਰਹੀ ਹੈ ਤੇਰੇ ਲਹੂ ਸੇ, ਸ਼ਿਫਾ ਮਿਲ ਰਹੀ ਹੈ ਤੇਰੇ ਲਹੂ ਸੇ। ਭਰ ਦੇ ਖੁਦਾਵਨ ਮੁਝੇ ਪਾਕ ਰੂਹ ਸੇ, ਓ ਭਰ ਦੇ ਖੁਦਾਵਨ ਮੁਝੇ ਪਾਕ ਰੂਹ ਸੇ। ਛੂਨੇ ਸੇ ਤੇਰੇ ਐ ਜ਼ਿੰਦਾ ਖੁਦਾ, ਛੂਨੇ ਸੇ ਤੇਰੇ ਐ ਜ਼ਿੰਦਾ ਖੁਦਾ, ਛੂਨੇ ਸੇ ਤੇਰੇ ਐ ਜ਼ਿੰਦਾ ਖੁਦਾ, ਛੂਨੇ ਸੇ ਤੇਰੇ ਐ ਜ਼ਿੰਦਾ ਖੁਦਾ। ਮੇਰੀ ਪਾਪੋ ਭਰੀ ਜ਼ਿੰਦਗੀ ਸੇ
ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ ਸਾਡੇ ਬਾਪ, ਤੂੰ ਆਪਣੇ ਅਵਤਾਰ ਤੋਂ ਆਪਣੀ ਪਾਕ ਬਾਣੀ ਅਤੇ ਜੀਵਨ ਦੀ ਰੋਟੀ ਨਾਲ ਆਪਣੇ ਇਮਾਨਦਾਰਾਂ ਨੂੰ ਰਜਾਉਂਦਾ ਅਤੇ ਨਵਾਂ ਕਰਦਾ ਹੈ। ਆਪਣੇ ਬੇਟੇ ਦੀਆਂ ਇਹਨਾਂ ਸੁਗਾਤਾਂ ਦੇ ਰਾਹੀਂ ਸਾਡੀ ਮਦਦ ਕਰ, ਤਾਂ ਜੋ ਅਸੀਂ ਇਮਾਨ ਵਿੱਚ ਲਗਾਤਾਰ ਤਰੱਕੀ ਕਰਦੇ ਹੋਏ ਉਸਦੇ ਅਨੰਤ ਜੀਵਨ ਵਿੱਚ ਹਿੱਸੇਦਾਰ ਬਣ ਸਕੀਏ। ਓ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ, ਆਮੀਨ। ਪ੍ਰਭੂ ਨੂੰ ਪਿਆਰ ਕਰਨ ਲਈ ਅਤੇ ਉਸਦੀ ਸੇਵਾ ਕਰਨ ਲਈ ਸ਼ਾਂਤੀ ਵਿੱਚ ਜਾਓ, ਖੁਦਾ ਦਾ ਸ਼ੁਕਰ ਹੋਵੇ। ਦੁਆਏ ਯਾਦ ਕਰ, ਯਾਦ ਕਰ ਐ ਨਹਾਤ ਮਿਹਰਬਾਨ ਕੁਵਾਰੀ ਮਰੀਮ, ਪੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਰੇ ਖਾਲੀ ਗਿਆ ਹੋਵੇ। ਐ ਕੁਵਾਰੀ ਕੁਵਾਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਾਸ ਕੇ ਆਉਂਦਾ ਹਾਂ ਅਤੇ ਤੇਰੇ ਦੇਖ ਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਮੇਰੀ ਤਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ, ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ। ਮੈਨੂੰ ਜੋ ਚੰਗਾ ਲੱਗੇ ਮੈਨੂੰ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਨਾ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹੀ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹੀ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਨਾ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹੀ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹੀ ਦੇਵੀ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਹਾਂ ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ। ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ, ਭੈਣਾ ਜਾਵਾਂ
ਖੁਸ਼ੀਆਂ ਨੂੰ ਪਾ ਕੇ ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਹਾਂ ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਚਾਹੀਦਾ ਮੇਰਾ ਸਭ ਕੁਝ